ਹਰ ਹਰ ਮਹਾਦੇਵ ਕਟੂਆ ਨਿਊਜ਼ 24/7 ਦੇਖਣ ਲਈ ਸਾਰੇ ਦਰਸ਼ਕੀ ਹਰ ਹਰ ਬਹਾਦੇਵ ਜੈ ਜੈ ਸ਼ਿਵ ਸ਼ੰਕਰ ਜੀ ਆ ਤੁਸ ਦਿਖੇ ਕਰਦੇ ਹੋ ਕਿ ਮੈਂ ਆਈਂਦਾ ਇਸ ਲਈ ਸਾਧੂ ਦੀ ਪ੍ਰਾਚੀਨ ਬੋਲੀਆਂ ਤੁਸੀਂ ਕੀ ਪਤਾ ਐਡਰੈਸ ਕਿਥੇ ਆ ਮੈਂ ਦੱਸਿਓਣਾ ਕਿਉਂਕਿ ਕੁਝ ਲੋਕ ਵੀ ਬਾਅਦ ਵਿੱਚ ਪੁੱਛਦੇ ਕਿ ਕਿਥੇ ਆਣਾ ਹਾਂ ਤੇ ਕਿਹਾਂ ਆਣਾ ਮੈਂ ਦੱਸਿਓਣਾ RAMLILA ਮੈਦਾਨ ਤੋਂ ਸਾਰੇ ਕੀ ਪਤਾ RAMLILA ਗਰਾਊਂਡ ਕਿਥੇ ਹੈ ਬਸ ਉਹਦੇ ਕੰਨੇ ਕੰਨੇ ਅੱਗੇ ਬ੍ਰਿਧਾ ਆਸ਼ਰਮ ਹੈ ਬ੍ਰਿਧਾ ਆਸ਼ਰਮ ਦੇ ਕੰਨੇ ਹੀ ਗਲੀ ਜਿਹੜੀ ਜਾਏ ਕਰਦੀ ਹੈ ਤੇ ਉੱਥੇ ਹੈ ਸਾਡੀ ਪ੍ਰਾਚੀਨ ਸਾਧੂ ਦੀ ਬੋਲੀਆਂ ਤੇ ਕੱਲ ਮਹਾ ਸ਼ਿਵਰਾਤਰੀ ਹੈ ਤੇ ਅੱਜ ਪਹਿਲੇ ਨਾ ਸੀ ਹੋ ਗਈ ਤੁਸੀਂ ਕੀ ਦੱਸੇ ਕਿ ਕਿੰਨੀ ਸ਼ੈਲ ਜਿਹੜੇ ਹੈ ਨਾ ਸਜਾਵਟ ਇਸ ਵਾਰ ਕੀਤੀ ਦੀ ਆ ਹਰ ਸਾਲ ਬੜੀ ਸ਼ੈਲ ਸਜਾਵਟ ਹੁੰਦੀ ਹੈ ਇਸ ਸਾਲ ਦੇਖੋ ਕਿੰਨੀ ਸੋਹਣੀ ਮਤਲਬ ਜਿਸ ਲਿਆ ਸਿਥਾ ਹੈ ਨਾ ਸਾਡੇ ਝਾੜੇ ਦੀ ਮਾਨ ਨਹੀਂ ਕਰੇ ਕਰਦਾ ਇੱਥੋਂ ਮਤਲਬ ਸਜਾਵਟ ਦਿੱਕੀ ਦਿੱਖੀ ਅਸੀਂ ਇੰਨੇ ਖੁਸ਼ ਹੋਏ ਦੇਖੋ ਕਿੰਨੇ ਕਿੰਨੇ ਸ਼ੈਲ ਗੁੱਟੇ ਦੇ ਫੁੱਲ ਲਾਏ ਇਸ ਵਕੀ ਦੇਖੋ ਇਸ ਵਕੀ ਕੱਲ ਤੁਸਿਆੜਾ ਤੇ ਇੱਥੇ ਫੋਟੋ ਵੀ ਖਿਚਾਣੀ ਹੈ ਭਗਵਾਨ ਸ਼ਿਵ ਸ਼ੰਕਰ ਦਾ ਆਸ਼ੀਰਵਾਦ ਵੀ ਲੈਣਾ ਕੱਲ ਮਹਾਸ਼ਿਵਰਾਤਰੀ ਵਾਲੇ ਦਿਨ ਕੰਨੇ ਤੁਸ ਫੋਟੋਆਂ ਵੀ ਖਿਚਾਣੀਆਂ ਤੇ ਦੇਖੋ ਕਿੰਨੇ ਸੋਹਣੇ ਫੁੱਲੇ ਕੰਨੇ ਜਿਹੜਾ ਨਾ ਡੈਕੋਰੇਸ਼ਨ ਹੋਈ ਦੀ ਹੈ ਹਰ ਸਾਲ ਬੜੀ ਸੋਹਣੀ ਡੈਕੋਰੇਸ਼ਨ ਹੁੰਦੀ ਹੈ ਇੱਥੇ ਹਰ ਸਾਲ ਦੂਰੋਂ ਦੂਰੋਂ ਲੋਕ ਆਂਦੇ ਮੱਥਾ ਟੇਕਦੇ ਪ੍ਰਭੂ ਅੱਗੇ ਇਹ ਅਰਦਾਸ ਕਰਦੇ ਕਿ ਜੋ ਜੋ ਅਸ ਮੰਗਾ ਕਰਨੇ ਆ ਉਹ ਪੂਰਾ ਹੋਈ ਹੈ ਤੇ ਭਗਵਾਨ ਸ਼ਿਵ ਸ਼ੰਕਰ ਸਾਰੇ ਦੀ ਮੁਰਾਦ ਜਿਹੜੀ ਹੈ ਨਾ ਉਹ ਵੀ ਪੂਰੀ ਕਰਦੇ ਤੇ ਦੇਖੋ ਤੁਸ ਡੈਕੋਰੇਸ਼ਨ ਅਸ ਪਹਿਲੇ ਵੀ ਦੱਸੀ ਸੀ ਹਲੇ ਡੈਕੋਰੇਸ਼ਨ ਸ਼ੁਰੂ ਹੋਈ ਸੀ ਹੁਣ ਪੂਰੀ ਡੈਕੋਰੇਸ਼ਨ ਜਿਹੜੀ ਹੈ ਨਾ ਉਹ ਕੰਪਲੀਟ ਹੋਈ ਦੀ ਹੈ ਦੇਖੋ ਸਾਹਮਣੇ ਕਿੰਨੀ ਸੋਹਣੀ ਤਰੀਕੇ ਕੰਨੇ ਜਿਹੜਾ ਹੈ ਨਾ ਸਜਾਇਆ ਦਾ ਸਾਰਾ ਕੁਝ ਤੇ ਇਹ ਤੁਸੀਂ ਵੀਡੀਓ ਜੀ ਲੈ ਐਕਸਕਲੂਸਿਵ ਵੀਡੀਓ ਕਠੂਆ ਨਿਊਜ਼ 24/7 ਉੱਪਰ ਦਿਖਾ ਕਰ ਦਿਓ ਤੇ ਦੇਖੋ ਇੱਥੇ ਫਰੂਟਸ ਲੱਗੇ ਦੇ ਆ ਤੇ ਭਗਵਾਨ ਹਨੂਮਾਨ ਜੀ ਹੁੰਦਾ ਇਹ ਮੰਦਿਰ ਹੈ ਤੇ ਕੰਨੇ ਇਸ ਵਕੀਓ ਇਹ ਦੇਖੋ ਕਿੰਨਾ ਸੋਹਣਾ ਲੱਗੇ ਕਰਦਾ ਫਰੂਟ ਲੱਗੇ ਦੇ ਆ ਤੇ ਕੀ ਬਾਤ ਹੈ ਮਤਲਬ ਸਾਰੇ ਕਮੇਟੀ ਦੇ ਸਦਸੇ ਜਿਨੇ ਸੇオク ਦਿੱਤਾ ਉਹਨੇ ਕੀ ਸੱਚੀ ਮਤਿਆ ਮਤਿਆ ਮੁਬਾਰਕਾ ਕਿ ਇੰਨੀ ਸ਼ੈਲ ਜਿਹੜੀ ਹੈ ਨਾ ਡੈਕੋਰੇਸ਼ਨ ਕੀਤੀ ਦੀ ਹੈ ਤੇ ਹਰ ਸਾਲ ਲੋਕ ਆਉਂਦੇ ਇੱਥੇ ਮੱਥਾ ਟੇਕਦੇ ਆ ਪਿਛਲੀ ਵਾਰੀ ਵੀ ਮੈਂ ਕਿਹਾ ਕਿ ਪੈਰ ਰੱਖਣੀ ਜਗ੍ਹਾ ਨਹੀਂ ਸੀ ਇੰਨੇ ਲੋਕ ਆ ਰਹੇ ਸਨ ਤੇ ਮੱਥਾ ਟੇਕੇ ਕਰਦੇ ਸੇ ਤੇ ਕੰਨੇ ਆਸ਼ੀਰਵਾਦ ਜਿਹੜਾ ਨਾ ਭਗਵਾਨ ਦਾ ਲੈ ਕਰਦੇ ਸੇ ਤੇ ਇਹ ਪੂਰੀ ਪੂਰੀ ਦੇਖੋ ਇਸ ਸਾਈਡ ਵੀ ਦੇਖੋ ਕਿੰ‍या ਉੱਪਰ ਦੇਖੋ ਕਿੰ‍या ਸ਼ੈਲ ਤਰੀਕੇ ਕੰਨੇ ਜਿਹੜਾ ਨਾ ਫੁੱਲ ਲੱਗੇਦੇ ਆ ਫੁੱਲੇ ਲੱਗਨੇ ਦੇ ਕਨੇ ਕਨੇ ਕਿੰਨੀ ਡੈਕੋਰੇਸ਼ਨ ਜਿਹੜੀ ਇੱਥੇ ਹੋਈ ਦੀ ਹੈ ਤੇ ਮੀਗੀ ਤੇ ਸੱਚੀ ਮੈਂ ਆਖਾ ਬੜਾ ਸ਼ਾਨ ਲੱਗਾ ਕਰਦਾ ਤੇ ਇੰਨੀ ਸੋਹਣੀ ਸਜਾਵਟ ਦਿਖੀਏ ਤੇ ਮੈਂ ਤੇ ਹਰ ਸਾਲ ਆਨਾਂ ਨਾ ਹਰ ਸਾਲ ਦਸਨੋਨਾ ਇਸ ਸਾਲ ਮੈਂ ਤੁਸੀ ਯਾਗਾ ਕਿ ਤੁਸ ਸਾਰੇ ਆ ਨਾ ਤੇ ਕੱਲ ਮਹਾਸ਼ਿਵਰਾਤੀ ਦਾ ਪਾਵਨ ਪਰਵ ਹੈ ਇੱਥੇ ਆ ਨਾ ਤੁਸ ਲੋਕੇ ਦੇਖੋ ਕਿੰਨੇ ਸੋਹਣੇ ਫੁੱਲ ਇੱਥੇ ਵੀ ਲੱਗੇ ਦੇ ਮਤਲਬ ਮੈਂ ਕੁੱਥੇ ਕੁੱਥੇ ਕੈਮਰਾ ਘੁਮਾਉਂ ਸੀ ਹੋ ਗਿਆ ਕੁੱਥੇ ਕੁੱਥੇ ਆ ਕੇ ਕੁੱਥੇ ਕੁੱਥੇ ਕੈਮਰਾ ਘੁਮਾਇਆ ਹਰ ਜਗ੍ਹਾ ਜਗ੍ਹਾ ਹੀ ਫੁੱਲ ਹੈ ਜਗ੍ਹਾ ਜਗ੍ਹਾ ਇੰਨਾ ਸੋਨਾ ਜਿਹੜਾ ਹੈ ਨਾ ਡੈਕੋਰੇਸ਼ਨ ਹੋਈ ਦੀ ਐ ਇਸ ਸਾਈਡ ਵੀ ਦੇਖੋ ਡੈਕੋਰੇਸ਼ਨ ਤੇ ਕੱਲ ਇੱਥੇ ਮੈਂ ਤੁਹਾਨੂੰ ਸਹੀ ਤਾਂ ਸੁਣਾ ਰਸੋ ਨਾ ਇੰਨਾ ਪਰ ਸਾਰੇ ਸੇਰੇ ਜਿਹੜਾ ਹੈ ਨਾ ਆਈ ਜਾਣਾ ਲਾਈਨ ਚ ਲੱਗੀ ਐ ਦਰਸ਼ਨ ਕਰਨੇ ਆਸ ਭਗਵਾਨ ਦੇ ਤੇ ਇਹ ਦੇਖੋ ਕਿੰਨੀ ਸੋਹਣੀ ਸੋਹਣੀ ਡੈਕੋਰੇਸ਼ਨ ਜਿਹੜੀ ਐ ਉਹ ਹੀ ਦੀ ਐ ਤੇ ਮਤਲਬ ਦੂਰੋਂ ਦੂਰੋਂ ਲੋਕ ਡੈਕੋਰੇਸ਼ਨ ਦੇਖਣ ਵੀ ਆਉਂਦੇ ਆ ਸਾਡੇ মিডিਆ ਵਾਲੇ ਭਰਾ ਵੀ ਕਵਰੇਜ ਕਰਨ ਵੀ ਆਉਂਦੇ ਆ ਹਰ ਸਾਲ ਦੱਸਦੇ ਆ ਕਿ ਇੰਨੀ ਸੋਹਣੀ ਡੈਕੋਰੇਸ਼ਨ ਹੋਈ ਦੀ ਐ ਤੇ মিডিਆ ਦਾ ਤੇ ਬੜਾ ਯੋਗਦਾਨ ਹੈ ਕਿਉਂਕਿ মিডিਆ ਵਾਲੇ ਅਗਰ ਦੱਸਦੇ ਆ ਸਹੀ ਚੀਜ਼ ਕਿ ਭਈ ਇੱਥੇ ਯੂਜਾ ਪ੍ਰੋਗਰਾਮ ਹੋਇਆ ਕਰਦਾ ਤੇ ਲੋਕ ਬੜੇ ਆਂਦੇ ਮੇਰਾ ਇੱਕ ਨਰੇਸ਼ ਭਰਾ ਵੀ ਆਦਾ ਉਹ ਵੀ ਕਵਰੇਜ ਕਰੇ ਕਰਦਾ ਇੱਥੇ ਮੈਂ ਦਿਖਾ ਕਰਨਾ ਤੇ ਸਿਦਾਰਥ ਵੀ ਪੁੱਜੀ ਇਹਦਾ ਸਾਰੇ ਪੁੱਜੀ ਇਹਦੇ ਕਵਰੇ ਕਰ ਤੇ ਸੱਚੀ ਕਸਮ ਕਸਮ ਖਾਈ ਅੱਖ ਕਰਨਾ ਬੜਾ ਹੀ ਮਜ਼ਾ ਆਇਆ ਕਰਦਾ ਦੇਖੋ ਕਿੰਨੇ ਸੋਨੇ ਇਹ ਫੁੱਲੀ ਇੰਨੇ ਸੋਨੇ ਲੱਗੇ ਕਰਦੇ ਕਿ ਮਤਲਬ ਦੇਖੋ ਆਂਟੀਆਂ ਨੇ ਵੀ ਆਦੇ ਆਂਟੀ ਤੁਸਾਈ ਕਿਉਂ ਇਹ ਲੱਗਿਆ ਤੁਹਾਨੂੰ ਡੈਕੋਰੇਸ਼ਨ ਦੇਖੀਏ ਹਾਂਜੀ ਸਾਨੂੰ ਬਹੁਤ ਅੱਛਾ ਲੱਗਾ ਮਹਾਦੇਵ ਦਾ ਬਹੁਤ ਅੱਛਾ ਇਤਿਹਾਅ ਚੱਲ ਰਿਹਾ ਰੌਣਕੀ ਬੋਲੇ ਬੰਬਾ ਦੀ ਸ਼ਾਦੀ ਹੈ ਜੀ ਬਹੁਤ ਅਨੰਦ ਆ ਰਿਹਾ ਹੈ ਮਨ ਕੀ ਖੁਸ਼ੀ ਹਮਸੇ ਸਹੀ ਨਹੀਂ ਜਾ ਰਹੀ ਹਰ ਸਾਲ ਹਰ ਸਾਲ ਤੇ ਪਹਿਲੀ ਵਾਰ ਹੈ ਨਹੀਂ ਹਰ ਸਾਲ ਹੁੰਦਾ ਜੀ ਹਰ ਸਾਲ ਹਰ ਸਾਲ ਤੁਸੀਂ ਤੇ ਆਉਂਦੇ ਹਾਂ ਜੀ ਇਸ ਵਾਰ ਬੱਕਰੀ ਡੈਕੋਰੇਸ਼ਨ ਕਿਵੇਂ ਲੱਗੀ ਗੱਲ ਇੱਕ ਵੀ ਕੁਸ਼ ਲੱਗੀ ਹੈ ਲੱਗੇ ਨਾ ਚੱਲ ਗਈ ਹਾਂ ਜੀ ਤੇ ਕੱਲ ਤੂੰ ਸਾਢੇ ਹੋਣਾ ਮੱਥਾ ਟੇਕਣ ਇੱਥੇ ਹਾਂ ਜੀ ਹਾਂ ਜੀ ਸਵੇਰ ਆਏਗੇ ਸਵੇਰ ਆਏ ਸਾਰੇ ਆ ਰਹੇ ਜੀ ਬਿਲਕੁਲ ਤੇ ਇਹ ਸਾਢੇ ਗਨੇ ਮਾਥੇ ਹੋਣੇ ਤੇ ਇਹ ਦੇਖੋ ਇਹ ਜਿਹੜੀ ਜਗ੍ਹਾ ਮੈਂ ਤੁਹਾਨੂੰ ਸਿੱਧਾ ਸਿਖਾਣਾ ਇੱਥੇ ਆਈਏ ਫੋਟੋ ਖਿਚਾਈ ਮੈਂ ਵੀ ਫੋਟੋ ਖਿਚਾਈ ਹੈ ਜਿਹੜੀ ਅਪਲੋਡ ਤੇ ਕਰਨੀ ਹੈ ਤੇ ਬੜਾ ਸੋਹ ਡੈਕੋਰੇਸ਼ਨ ਕੀਤੇ ਨੇ ਹੁਣ ਤੁਸੀਂ ਇਸ ਵੀਡੀਓ ਕੀ ਜਿਹੜੇ ਸੋਸ਼ਲ ਮੀਡੀਆ ਉੱਪਰ ਅਪਲੋਡ ਹੋ ਗਈ ਉਸੇ ਸ਼ੇਅਰ ਤੇ ਕਰਨਾ ਕਰਨਾ ਕਰਨੇ ਉਹਦੇ ਕੰਨੇ ਕਰਨੇ ਮੈਂ ਇਸ ਸਾਈਡ ਵੀ ਦੱਸਿਓ ਨਾ ਇਹ ਦੇਖੋ ਕੀ ਬਾਤ ਹੈ ਮਤਲਬ ਬਖਰਾ ਹੀ ਸਭ ਕੁਝ ਕੀਤਾ ਦਾ ਇਸ ਵਾਰ ਬਖਰਾ ਹੀ ਸਭ ਕੁਝ ਹੋਇਆ ਇੱਥੇ ਸਭ ਕੁਝ ਹੀ ਬਖਰਾ ਹੀ ਲੱਭਾ ਕਰਦਾ ਸਾਨੂੰ ਤੇ ਮਜ਼ਾ ਵੀ ਆਇਆ ਕਰਦਾ ਦੇਖਣੇ ਦਾ ਮਤਲਬ ਆਖਦੇ ਨਹੀਂ ਕਿ ਸਾਨੂੰ ਲੱਗਾ ਕਰਦਾ ਇਹ ਸਾਡੇ ਭਗਵਾਨ ਸ਼ੰਕਰ ਹੁੰਦਾ ਘਰ ਹੈ ਤੇ ਇੱਥੇ ਜਿਹੜਾ ਕੱਲ ਇੱਥੇ ਮਹਾ ਸ਼ਿਵਰਾਤਰੀ ਦਾ ਪਾਵਨ ਪਰਬ ਮਨਾਣਾ ਸਾਰੇ ਧੂਮ ਧਾਮ ਕਰਨੇ ਤੇ ਉਹ ਮੈਂ ਜ਼ਿਆਦਾ ਨਹੀਂ ਗੱਲਾਂ ਕਰੇਗਾ ਕਿਉਂਕਿ ਬੜਾ ਮੈਂ ਬੋਲ ਲਿਆ ਤੇ ਮੀਗੀ ਦੇ ਇੱਥੇ ਬੜਾ ਸ਼ਾਇਰ ਲੱਗ ਕੇ ਕਰਦਾ ਤੇ ਇੱਕ ਵਾਰ ਪਰਤੇ ਤੁਸੀਂ ਦੱਸਿਓੜਾ ਕਿ ਰਾਮਲੀਲਾ ਮੈਦਾਨ ਦੇ ਬਿਲਕੁਲ ਕਰਨੇ ਅੱਗੇ ਤੁਸੀਂ ਪਤਾ ਬ੍ਰਿਧਾ ਆਸ਼ਰਮ ਬ੍ਰਿਧਾ ਆਸ਼ਰਮ ਦੇ ਕਰਨੇ ਅੱਗੇ ਆਈਏ ਪਹਿਲੇ ਇੱਕ ਨਿੱਕੀ ਬੋਲੀ ਆਂਦੀ ਤੇ ਇੱਥੇ ਅੱਗੇ ਅੱਗੇ ਆਈਏ ਸਾਧੂ ਦੀ ਪ੍ਰਾਚੀਨ बावਲੀਆ ਇੱਥੇ ਆਓ ਤੇ ਮਹਾ ਸ਼ਿਵਰਾਤਰੀ ਦਾ ਜਿਹੜਾ ਪਾਵਨ ਪਰਵ ਹੈ ਉਤਸਵ ਹੈ ਉਹ ਧੂਮ ਧਾਮ ਕਰਨੇ ਮਨਾਉ ਤੇ ਕਲ ਸੇਰੇ ਲੈਣੇ ਲੱਗਿਆ ਨਹੀਂ ਇ ਉਨ ਇਸ ਵੀਡੀਓ ਕੀ ਲੇ ਫੇਸਬੁਕ ਉਪਰ ਪੋਗੀ ਸੀ ਮਤੇਗਲ ਮਤਾ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰ ਪਰਤੀਏ ਸਾਰੇ ਕੀ ਹਰ ਹਰ ਬਹਾਦੇਵ જય જય ਸ਼ਿਵ ਸ਼ੰਕਰ